ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਬਹੁਮਤ ਦੇ ਨਾਲ ਸਰਕਾਰ ਬਣਾਈ ਹੈ। ਇਸ ਨੂੰ ਲੈ ਕੇ ਅਲੱਗ ਅਲੱਗ ਤਰ੍ਹਾਂ ਦੇ ਐਲਾਨ ਸੀਐਮ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਨੇ, ਤਾਂ ਇਸ ਨੂੰ ਲੈ ਕੇ ਜਿੱਥੇ 25,000 ਨੌਕਰੀਆਂ ਦਾ ਐਲਾਨ ਕੀਤਾ, ਉਸ ਤੋਂ ਬਾਅਦ ਕੱਚੇ ਮੁਲਾਜ਼ਮ ਜੋ 35,000 ਨੇ ਉਹ ਵੀ ਪੱਕੇ ਕਰਨ ਦਾ ਐਲਾਨ ਭਗਵੰਤ ਮਾਨ ਸੀਐਮ ਨੇ ਕਰ ਦਿੱਤਾ, ਤਾਂ ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਤੋਂ ਜਾਂ ਫਿਰ ਪਹਿਲੀਆਂ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕੰਮ ਅੱਜ ਭਗਵੰਤ ਮਾਨ ਸੀਐਮ ਨੇ ਕਰ ਦਿੱਤਾ। ਅੱਜ ਸ਼ਹੀਦ ਭਗਤ ਸਿੰਘ, ਸ਼ਹੀਦ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ। ਤਾਂ ਦੱਸ ਦਿੰਦੇ ਹਾਂ, ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਇਹ ਮੰਗ ਸੀ ਕਿ ਜੋ ਵੀ ਕਰਪਸ਼ਨ ਹੁੰਦਾ ਜਾਂ ਫਿਰ ਰਿਸ਼ਵਤ ਲਈ ਜਾਂਦੀ ਹੈ ਕਿ ਉਸ ਨੂੰ ਠੱਲ ਕਿਵੇਂ ਪਾਈ ਜਾ ਸਕਦੀ ਹੈ, ਠੱਲ ਪਵੇ ਕਿਵੇਂ। ਤਾਂ ਭਗਵੰਤ ਮਾਨ ਨੇ ਇੱਕ ਸਲੂਸ਼ਨ ਕੱਢਿਆ ਸੀ ਕਿ ਅਸੀਂ ਹੈਲਪਲਾਈਨ ਨੰਬਰ, ਵਟਸਐਪ ਨੰਬਰ ਜਿਸ ਨੂੰ ਕਿਹਾ ਜਾਂਦਾ ਕਿ ਉਹ ਨੰਬਰ ਜਾਰੀ ਕਰਾਂਗੇ, ਉਸਦੇ ਉੱਤੇ ਤੁਸੀਂ ਕਿਸੇ ਦੀ ਵੀ ਵੀਡੀਓ ਜੋ ਰਿਸ਼ਵਤ ਲੈਂਦਾ ਜਾਂ ਮੰਗ ਕਰਦਾ ਜਾਂ ਫਿਰ ਹੋਰ ਨਜਾਇਜ਼ ਕੰਮ ਜੋ ਇਲਾਕੇ ਦੇ ਵਿੱਚ ਹੋ ਰਹੇ ਨੇ ਉਹਨਾਂ ਦੀ ਵੀਡੀਓ ਤੁਸੀਂ ਸਾਡੇ ਇਸ ਹੈਲਪਲਾਈਨ ਨੰਬਰ 'ਤੇ ਜਾਰੀ ਕਰੋ, ਅਸੀਂ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ, ਐਕਸ਼ਨ ਲਵਾਂਗੇ, ਉਹਨਾਂ ਦੀ ਇਨਕੁਆਇਰੀ ਕਰਾਂਗੇ। ਤਾਂ ਇਸ ਨੂੰ ਲੈ ਕੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਭਗਵੰਤ ਮਾਨ ਸੀਐਮ ਨੇ ਨੰਬਰ ਜਾਰੀ ਕਰ ਦਿੱਤਾ। ਤੁਸੀਂ ਵੀ ਸੁਣੋ ਸੀਐਮ ਭਗਵੰਤ ਮਾਨ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਹੈ, ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇ ਰਹੇ ਹਾਂ ਸਾਰੇ ਦੇਸ਼ ਦੇ ਵਿੱਚ। ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ 23 ਮਾਰਚ ਨੂੰ ਮੈਂ ਇੱਕ ਫੋਨ ਨੰਬਰ ਜਾਰੀ ਕਰਾਂਗਾ ਜਿਹਨੂੰ ਅਸੀਂ ਕਹਾਂਗੇ ਐਂਟੀ ਕਰਪਸ਼ਨ ਐਕਸ਼ਨ ਲਾਈਨ, ਯਾਨੀ ਕਿ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਨੂੰ ਉਹ ਨੰਬਰ ਜਾਰੀ ਕੀਤਾ ਜਾਊਗਾ। ਕਿਉਂਕਿ ਅੱਜ ਦੇ ਦਿਨ ਜਾਰੀ ਕਰਕੇ ਇਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋ ਸਕਦੀ ਸ਼ਹੀਦਾਂ ਨੂੰ, ਕਿਉਂਕਿ ਉਹਨਾਂ ਦੇ ਸੁਪਨਿਆਂ ਦਾ ਭਾਰਤ, ਸੁਪਨਿਆਂ ਦਾ ਪੰਜਾਬ ਜਿਹੜਾ ਉਹਨੂੰ ਬਣਾਉਣ ਦੀ ਸ਼ੁਰੂਆਤ ਹੋਊਗੀ। ਅਤੇ ਮੈਂ ਅੱਜ ਉਹ ਨੰਬਰ ਜਾਰੀ ਕਰ ਰਿਹਾ, ਫੋਨ ਨੰਬਰ ਤੁਸੀਂ ਨੋਟ ਕਰ ਲਓ 9501200200, ਯਾਨੀ ਕਿ 9501200200। ਮੈਂ ਇੰਗਲਿਸ਼ ਦੇ ਵਿੱਚ ਹੀ ਬੋਲ ਦੇਣਾ, 9501200200। ਜੇ ਤੁਹਾਡੇ ਕੋਲ ਕੋਈ ਰਿਸ਼ਵਤ ਮੰਗਣ ਦੀ ਵੀਡੀਓ ਜਾਂ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਊਂਗਾ, ਪਹਿਲਾਂ ਮੈਨੂੰ ਆਹ ਕਮਿਸ਼ਨ ਦੇ, ਤਾਂ ਉਹਨੂੰ ਮਨਾ ਨਾ ਕਰਿਓ, ਵੀਡੀਓ ਬਣਾ ਕੇ ਇਸ ਨੰਬਰ 'ਤੇ ਭੇਜ ਦਿਓ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਿਰਫ ਭ੍ਰਿਸ਼ਟਾਚਾਰ ਨਾਲ ਸੰਬੰਧਿਤ, ਕਰਪਸ਼ਨ ਨਾਲ ਸੰਬੰਧਿਤ ਵੀਡੀਓ ਭੇਜਿਓ, ਬਾਕੀ ਜਿਹੜੇ ਮਸਲੇ ਨੇ ਉਹਨਾਂ ਵਾਸਤੇ ਹੋਰ ਵਿਭਾਗ ਨੇ ਅਤੇ ਤੁਹਾਨੂੰ ਵੈਬਸਾਈਟ ਤੋਂ ਉਹਨਾਂ ਦੇ ਨੰਬਰ ਵੀ ਮਿਲ ਜਾਣਗੇ। ਅਤੇ ਇਹ ਨੰਬਰ 'ਤੇ ਤੁਸੀਂ ਸਾਨੂੰ ਜਦੋਂ ਭੇਜੋਗੇ ਵੀਡੀਓ, ਸਾਡਾ ਸਟਾਫ ਉਹਦੀ ਜਾਂਚ ਕਰੂਗਾ ਨਿਰਪੱਖ, ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ, ਭਾਵੇਂ ਕੋਈ ਅਫਸਰ ਹੋਵੇ, ਭਾਵੇਂ ਕੋਈ ਸਾਡਾ ਮੰਤਰੀ ਹੋਵੇ, ਭਾਵੇਂ ਕੋਈ ਸਾਡਾ ਵਿਧਾਇਕ ਹੋਵੇ, ਉਹ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਇਸ ਮੁਹਿੰਮ ਦੇ ਵਿੱਚ ਮੈਨੂੰ 3 ਕਰੋੜ ਪੰਜਾਬੀਆਂ ਦਾ ਸਾਥ ਚਾਹੀਦਾ। ਜੇ ਤੁਸੀਂ ਸਾਥ ਦਿਓਗੇ ਤਾਂ ਯਕੀਨ ਮੰਨਿਓ ਆਪਾਂ 1 ਮਹੀਨੇ ਦੇ ਵਿੱਚ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦਾਂਗੇ, ਅਤੇ ਸ਼ਹੀਦਾਂ ਦੀ ਆਤਮਾ ਨੂੰ ਥੋੜ੍ਹਾ ਜਿਹਾ ਸਕੂਨ ਮਿਲੇਗਾ ਕਿ ਚਲੋ ਕੁਛ ਤਾਂ ਹੋਣ ਲੱਗਿਆ, ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਵੱਲ ਨੂੰ ਕੋਈ ਇੱਕ ਅੱਧਾ ਕਦਮ ਤਾਂ ਪੁੱਟਿਆ ਜਾਣ ਲੱਗਿਆ। ਸੋ ਮੈਂ ਉਮੀਦ ਕਰਦਾ, ਦਿਨ ਰਾਤ ਇੱਕ ਕਰ ਰੱਖੀ ਹੈ ਕਿ ਅਸੀਂ ਤੁਹਾਨੂੰ ਲੋਕ ਪੱਖੀ ਫੈਸਲੇ ਲਈਏ, ਅਤੇ ਤੁਸੀਂ ਉਹਨਾਂ ਨੂੰ ਪ੍ਰਵਾਨ ਵੀ ਖੇੜੇ ਮੱਥੇ ਕਰ ਰਹੇ ਹੋ। ਮੈਨੂੰ ਤੁਹਾਡਾ ਸਾਥ ਚਾਹੀਦਾ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ, ਇਨਕਲਾਬ ਜ਼ਿੰਦਾਬਾਦ। ਵੱਲੋਂ ਤੁਸੀਂ ਸੁਣਿਆ ਕਿ ਕਿਵੇਂ ਉਹਨਾਂ ਵੱਲ ਦੱਸਿਆ ਗਿਆ ਕਿ ਜੋ ਹੈਲਪਲਾਈਨ ਨੰਬਰ ਜਾਰੀ ਕੀਤਾ ਉਸ ਨੰਬਰ 'ਤੇ ਜੋ ਵੀ ਕੋਈ ਅਫਸਰ ਰਿਸ਼ਵਤ ਮੰਗਦਾ ਜਾਂ ਨਜਾਇਜ਼ ਕੋਈ ਕੰਮ ਚੱਲ ਰਿਹਾ ਉਹਦੀ ਵੀਡੀਓ ਬਣਾ ਕੇ ਸ਼ੇਅਰ ਕਰੇਗਾ ਤਾਂ ਉਹਨਾਂ ਨੂੰ ਭੇਜੇਗਾ, ਤਾਂ ਉਸਦੀ ਪੂਰੀ ਕਾਰਵਾਈ ਕਰਾਂਗੇ, ਉਹਦੇ ਉੱਤੇ ਐਕਸ਼ਨ ਹੋਵੇਗਾ ਜੋ ਨਜਾਇਜ਼ ਤੌਰ 'ਤੇ ਕੰਮ ਚੱਲ ਰਹੇ ਨੇ ਜਾਂ ਫਿਰ ਨਜਾਇਜ਼ ਰਿਸ਼ਵਤ ਮੰਗੀ ਜਾ ਰਹੀ ਹੈ। ਤਾਂ ਇਸ ਨੂੰ ਲੈ ਕੇ ਸ਼ਲਾਘਾਯੋਗ ਕਦਮ ਹੈ, ਇਸਦੇ ਨਾਲ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਹਾਲਾਤ ਸੁਧਰਨਗੇ, ਪੰਜਾਬ ਤਰੱਕੀ ਵੱਲ ਵਧੇਗਾ। ਤਾਂ ਹੁਣ ਇਹ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਨਾਲ ਦੀ ਨਾਲ ਕਮੈਂਟ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਹਰ ਤਰ੍ਹਾਂ ਦੀਆਂ ਛੋਟੀ ਤੋਂ ਲੈ ਕੇ ਵੱਡੀ ਖਬਰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਧੰਨਵਾਦ।